ਬਟਾਲਾ ਨੇੜਲੇ ਪਿੰਡ ਰੰਗੀਲਪੁਰ ਵਿੱਚ ਬਣੇ ਵਿਰਾਸਤੀ ਨੈਚੁਰਲ ਫਾਰਮ ਦਾ ਦੌਰਾ ਕਰਨ ਵਿਸ਼ੇਸ਼ ਤੌਰ ਤੇ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਪਹੁੰਚੇ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅਗਾਵੰਧੂ ਕਿਸਾਨ ਗੁਰਮੁਖ ਸਿੰਘ ਕਲਸੀ ਵੱਲੋਂ ਬਣਾਏ ਗਏ ਵਿਰਾਸਤੀ ਨੈਚੁਰਲ ਫਾਰਮ ਦੀ ਸਰਾਹਨਾ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਦੀ ਲੋੜ ਹੈ ਕਿ ਖੇਤੀਬਾੜੀ ਦੇ ਮੁੱਖ ਧੰਦੇ ਦੇ ਨਾਲ ਅਜਿਹੇ ਸਾਰਥਕ ਕਾਰਜ ਕੀਤੇ ਜਾਣ। ਉਹਨਾਂ ਨੇ ਕਿਹਾ ਕਿ ਕੁਦਰਤੀ ਖੇਤੀ ਦੇ ਢੰਗ ਤਰੀਕਿਆਂ ਨੂੰ ਅਪਣਾਉਣ ਤੇ ਇਹਨਾਂ ਕਿਸਾਨਾਂ ਭਰਾਵਾਂ ਵੱਲੋਂ ਆਪਣੀਆਂ ਫਸਲਾਂ ਤੋਂ ਚੰਗਾ ਝਾੜ ਪ੍ਰਾਪਤ ਕੀਤਾ ਜਾ ਰਿਹਾ ਹੈ ਅਤੇ ਕੁਦਰਤੀ ਖੇਤੀ ਰਾਹੀਂ ਪੈਦਾ ਹੋਈ ਉਪਜ ਦਾ ਇਹ ਬਾਜ਼ਾਰ ਵਿੱਚ ਉਹਨਾਂ ਨੂੰ ਵਧੀਆ ਭਾਅ ਵੀ ਮਿਲ ਰਿਹਾ ਹੈ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਅੱਜ ਖੇਤੀ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਜੀ ਸਾਡੇ ਪਿੰਡ ਆਏ ਤੇ ਉਹਦਾ ਕਾਰਨ ਇਵੇਂ ਬਣਿਆ ਕਿ ਅਸੀਂ ਸਰਦਾਰ ਕੁਲਤਾਰ ਸਿੰਘ ਜੀ ਸਦਮਾ ਜਿਹੜੇ ਸਾਡੇ ਸਪੀਕਰ ਨੇ ਮਾਣਯੋਗ ਸਪੀਕਰ ਸਾਹਿਬ, ਉਹਨਾਂ ਨੇ ਇੱਕ ਕਿਸਾਨਾਂ ਦਾ ਸਨਮਾਨ ਰੱਖਿਆ ਸੀਗਾ ਕੁਦਰਤੀ ਖੇਤੀ ਵਾਲੇ ਔਰ ਮਿਲਟਸ ਵਾਲੇ ਔਰ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ। ਉਸ ਸਮੇਂ ਵਿਧਾਨ ਸਭਾ 'ਚ ਉੱਥੇ ਸਾਡਾ ਮੰਤਰੀ ਸਾਹਿਬ ਨਾਲ ਮੁਲਾਕਾਤ ਹੋਈ ਖੇਤੀ ਮੰਤਰੀ ਜੀ ਨਾਲ, ਔਰ ਇਹਨਾਂ ਨੇ ਜਦੋਂ ਸਾਡੀ ਮੇਰੀ ਉੱਥੇ ਸਟੇਜ 'ਤੇ ਗੱਲਬਾਤ ਸੁਣੀ ਕਿ ਅਸੀਂ ਇੱਕ ਵੱਖਰੀ ਤਰ੍ਹਾਂ ਦੀ ਖੇਤੀ ਕਰਦੇ ਹਾਂ, ਕੋਧਰੀ ਕੋਧਰਾ ਕੰਗਣੀ ਸਵਾਂਕ ਔਰ ਐਸੀਆਂ ਖੇਤੀਆਂ ਕਰਦੇ ਹਾਂ ਜਿਨ੍ਹਾਂ 'ਚ ਕਦੀ ਅੱਗ ਲਾਉਣ ਦੀ ਲੋੜ ਹੀ ਨਹੀਂ, ਜਿਹੜੀ ਸਾਡੀ ਮਿੱਟੀ ਨੂੰ ਸੁਧਾਰਦੀ, ਸਾਡੀ ਸਿਹਤ ਨੂੰ ਸੁਧਾਰਦੀ ਆ, ਔਰ ਸਾਡੇ ਜਿਹੜਾ ਵਾ ਨਾ ਬਜ਼ੁਰਗਾਂ ਦਾ ਅਨਾਜ ਆ ਸਾਰਾ। ਜਦੋਂ ਇੰਨੀ ਗੱਲਬਾਤ ਹੋਈ, ਕੁਦਰਤੀ ਖੇਤੀ ਦੀ ਗੱਲ ਹੋਈ, ਫਿਰ ਉਹਨਾਂ ਕਿਹਾ ਵੀ ਮੈਂ ਤੇਰੇ ਕੋਲ ਆਵਾਂਗਾ। ਔਰ ਇਹ ਕੱਲ੍ਹ ਰਾਤ ਨੂੰ ਇਹਨਾਂ ਨੇ ਜਿਹੜਾ ਵਾ ਨਾ ਫੋਨ ਆਇਆ ਇਹਨਾਂ ਦੇ ਪੀਏ ਦਾ, ਔਰ ਉਹ ਸਵੇਰੇ ਸਾਡੇ ਕੋਲ ਆ ਗਏ ਔਰ ਬਹੁਤ ਉਹਨਾਂ ਨੇ ਸਾਡਾ ਮਾਣ ਵਧਾਇਆ ਔਰ ਉਹਨਾਂ ਨੇ ਸਾਡੀਆਂ ਸਾਰੀਆਂ ਗੱਲਾਂ ਸੁਣੀਆਂ ਔਰ ਉਹਨਾਂ ਨੇ ਇਹ ਵੀ ਆਸ਼ਵਾਸਨ ਦਿੱਤਾ ਆ ਕਿ ਤੁਹਾਡੀ ਜਿਹੜੀ ਹੈ ਨਾ ਅਸੀਂ ਇਹ ਖੇਤੀ ਨੀਤੀ ਬਣਾ ਰਹੇ ਹਾਂ ਜਿਹੜੀ ਜਲਦੀ ਆ ਰਹੀ ਆ, ਉਹਦੇ 'ਚ ਤੁਹਾਡਾ ਕੁਦਰਤੀ ਖੇਤੀ ਦੇ ਕਿਸਾਨਾਂ ਵਾਸਤੇ ਆਪਾਂ ਜ਼ਰੂਰ ਵਿਵਸਥਾ ਰੱਖਾਂਗੇ ਔਰ ਤੁਹਾਨੂੰ ਜਿੱਦਾਂ ਦੇ ਕੋਈ ਸੰਦ ਚਾਹੀਦੇ ਨੇ ਉਹਨਾਂ 'ਤੇ ਅਸੀਂ ਤੁਹਾਡੀ ਸਹਾਇਤਾ ਕਰਾਂਗੇ। ਹੋਰ ਜਿਹੜੀ ਤੁਹਾਡੀ ਕੋਈ ਤਕਨੀਕ ਵਿੱਚ ਤੁਹਾਨੂੰ ਕੋਈ ਮਦਦ ਚਾਹੀਦੀ ਹੈ ਉਹ ਤੁਹਾਨੂੰ ਦੇਵਾਂਗੇ। ਸੋ ਅੱਜ ਦਾ ਇੱਕ ਪ੍ਰੋਗਰਾਮ ਜਿਹੜਾ ਅੱਜ ਇਸ ਪਿੰਡ ਦੇ ਵਿੱਚ ਆ ਕੇ ਮੇਰੇ ਨਾਲ ਸਾਡੇ ਬਟਾਲੇ ਤੋਂ ਮਾਨਯੋਗ MLA ਸਾਹਿਬ ਸ਼ਹਿਰੀ ਕਲਸੀ ਜੀ, ਡੀ ਸਾਹਿਬ, SSP ਸਾਹਿਬ, SDM ਸਾਹਿਬ, ਸਾਡੇ ADC ਸਾਹਿਬ, DDPO ਸਾਹਿਬ, ਸਾਡੇ ਜ਼ਿਲ੍ਹਾ ਖੇਤੀਬਾੜੀ ਅਫਸਰ ਸਾਹਿਬ, ਸਭ ਲੋਕ ਆਏ ਆ। ਅਸੀਂ ਜਿਹੜੀ ਕੁਦਰਤੀ ਖੇਤੀ ਮਤਲਬ ਉਹਨੂੰ ਦੇਖਣ ਵਾਸਤੇ ਆਏ ਸੀਗੇ ਸਰਦਾਰ ਗੁਰਮੁਖ ਸਿੰਘ ਹੋਣਾਂ ਦੇ ਘਰ, ਕਿਉਂਕਿ ਬੜੇ ਪੁਰਾਣੇ ਕਿਸਾਨ ਨੇ ਜਿਹੜੇ ਕੁਦਰਤੀ ਖੇਤੀ ਕਰ ਰਹੇ। ਅਤੇ ਮੈਂ ਮਤਲਬ ਸਮਝਦਾ ਕਿ ਅੱਜ ਦੀ ਖੇਤੀ ਦੇ ਬਦਲ ਦੇ ਵਿੱਚ ਜੇ ਆਪਾਂ ਝੋਨੇ ਤੋਂ ਆਪਣੀ ਜਾਨ ਛੁਡਾਉਣੀ ਆ, ਪਾਣੀ ਪੰਜਾਬ ਦਾ ਬਚਾਉਣਾ, ਅਤੇ ਜਿਹੜੀ ਕੁਦਰਤੀ ਖੇਤੀ ਹੈ ਇਹਨੂੰ ਅਪਣਾਉਣਾ ਚਾਹੀਦਾ। ਅਤੇ ਮੈਂ ਉਹ ਦੇਖਣ ਆਇਆ ਸੀ ਅਤੇ ਮੈਨੂੰ ਬਹੁਤ ਮਜ਼ਾ ਆਇਆ, ਚੰਗਾ ਲੱਗਾ ਕਿ ਇਹ ਬਹੁਤ ਵਧੀਆ ਕੰਮ ਕਰ ਰਹੇ। ਪਰ ਇਹਨਾਂ ਨੂੰ ਕਿਹਾ ਕਿ ਇਸ ਖੇਤੀ ਨੂੰ ਉਤਸ਼ਾਹਿਤ ਕਰ ਲਈ ਇਹਨਾਂ ਨੂੰ ਜੋ ਵੀ ਹੈਲਪ ਦੀ ਲੋੜ ਹੋਊਗੀ ਉਹ ਆਪਾਂ ਹਾਜ਼ਰ ਹਾਂ। ਹਰ ਤਰ੍ਹਾਂ ਖੇਤੀਬਾੜੀ ਮਹਿਕਮਾ ਇਹਨਾਂ ਦੀ ਜਿਹੜੀ ਮਦਦ ਕਰੂੰਗਾ।